ਸ਼ਮਾਦਾਨ ਰੇਡੀਓ ਪੰਜਾਬ ਟੂਡੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਕੰਨੀ ਯਾਨੀ ਕਿ ਸਵਰਨ ਸਿੰਘ ਦਾਨੇ ਵਾਲੀ ਕੰਨੀ ਪਿਆਰ ਭਰੀ ਸਤਿ ਸ੍ਰੀ ਅਕਾਲ ਖੁਸ਼ਾਮ ਦੀ। ਮੈਂ ਗੁਜ਼ਾਰਿਸ਼ ਕਰਦਾ ਕਿ ਜਿਹੜੇ ਵੀਰ ਇਸ ਵਕਤ ਸਾਡੇ ਨਾਲ ਜੁੜੇ ਨੇ ਉਹ ਯੂਟਿਊਬ ਚੈਨਲ ਰੇਡੀਓ ਪੰਜਾਬ ਟੂਡੇ ਦਾ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ। ਇਸ ਤੋਂ ਇਲਾਵਾ ਐਪ ਨੂੰ ਵੱਧ ਤੋਂ ਵੱਧ ਜਿੰਨਾ ਹੋ ਸਕੇ ਵਿਹਲਾ ਸਮਾਂ ਮਿਲੇ ਤੁਸੀਂ ਐਪ ਨੂੰ ਵੀ ਜਿਹੜਾ ਪਲੀਜ਼ ਯੂਜ਼ ਕਰਿਆ ਕਰੋ ਜੀ। ਪ੍ਰੋਗਰਾਮ ਦਾ ਆਗਾਜ਼ ਕਰਦੇ ਢਿੱਲੋਂ ਸਾਹਿਬ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਢਿੱਲੋਂ ਸਾਹਿਬ। ਇੱਕ ਗੱਲ ਦੱਸੋ ਵੀ ਚੰਡੀਗੜ੍ਹ ਪੁਲਿਸ ਇਹ ਕਿਉਂ ਕਹਿੰਦੀ ਹੈ ਕਿ ਜਿਹੜੇ ਵਿਚਾਰੇ ਨੇਤਰਹੀਨ ਨੇ ਉਹਨਾਂ ਨੂੰ ਪੰਜਾਬ ਦੇ ਜਿਹੜੇ ਵੱਡੇ ਬੰਦੇ ਨੇ ਵੀ ਆਈ ਪੀ ਲੋਕ ਨੇ ਉਹਨਾਂ ਨੂੰ ਉਹਨਾਂ ਤੋਂ ਖਤਰਾ ਹੈ? ਦਾਨੇਆਲੀਆ ਸਾਹਿਬ, ਮੈਂ ਕੱਲ ਚੰਡੀਗੜ੍ਹ ਗਿਆ ਸਾਂ ਜੀ। ਕੰਮ ਕੁਝ ਹੋਰ ਵੀ ਸੀ, ਕੰਮ ਇਹ ਵੀ ਸੀ ਕਿ ਜਿਹੜਾ ਆਪਾਂ ਸਕੂਲ ਵਾਲਾ ਮਾਮਲਾ ਲਿਆ ਉਹਦੇ ਸੰਬੰਧ ਵਿੱਚ ਮੈਂ ਐਜੂਕੇਸ਼ਨ ਸੈਕਟਰੀ ਨੂੰ ਕ੍ਰਿਸ਼ਨ ਕੁਮਾਰ ਹੋਰਾਂ ਨੂੰ ਮਿਲਣਾ ਸੀ ਜੀ। ਉੱਥੇ ਜਿਹੜੀ ਮੈਂ ਗੱਲ ਸੁਣੀ ਤੇ ਦੇਖੀ ਅੱਜ, ਕੱਲ ਮੈਂ ਦੇਖੀ ਤੇ ਅੱਜ ਮੈਂ ਸੁਣੀ ਜੀ, ਉਹਨੇ ਮੇਰੇ ਪੈਰਾਂ ਹੇਠੋਂ ਜ਼ਮੀਨ ਕੱਢਤੀ। ਅੱਛਾ ਜੀ। ਚੰਡੀਗੜ੍ਹ ਤਿੰਨ ਸੂਬਿਆਂ ਦੀ ਰਾਜਧਾਨੀ ਹੈ, ਯੂਨੀਅਨ ਟੈਰੀਟਰੀ ਵੀ ਹੈ ਜੀ, ਉਹ ਪੰਜਾਬ ਦੀ ਰਾਜਧਾਨੀ ਵੀ ਹੈ ਤੇ ਉਹ ਰਾਜਧਾਨੀ ਹਰਿਆਣੇ ਦੀ ਵੀ ਹੈ। ਮੰਨਿਆ ਵੀ ਉੱਥੇ ਦਹਿਸ਼ਤਗਰਦਾਂ ਦਾ ਕੋਈ ਬਹੁਤ ਵੱਡਾ ਹਮਲਾ ਹੋ ਸਕਦਾ, ਉੱਥੇ ਬਹੁਤ ਵੱਡੇ ਵੱਡੇ ਲੋਕ ਹੈ, ਉੱਥੇ ਪੰਜਾਬ ਦੀ ਸਾਰੀ ਹਕੂਮਤ ਬੈਠੀ ਹੈ, ਉੱਥੇ ਹਰਿਆਣੇ ਦੀ ਹਕੂਮਤ ਵੀ ਬੈਠੀ ਹੈ, ਉੱਥੇ ਦਿੱਲੀ ਵਾਲਿਆਂ ਦੀ ਹਕੂਮਤ ਵੀ ਬੈਠੀ ਹੈ। ਉਹਨਾਂ ਹਕੂਮਤਾਂ ਤੇ ਜਿਹੜੇ ਬਿਰਾਜਮਾਨ ਲੋਕ ਹੈ ਬਹੁਤ ਸਰਕਾਰਾਂ ਦੀਆਂ ਨਜ਼ਰਾਂ ਚ, ਪੁਲਿਸ ਦੀਆਂ ਨਜ਼ਰਾਂ ਦੇ ਵਿੱਚ ਬਹੁਤ ਕੀਮਤੀ ਲੋਕ ਹੈ, ਉਹਨਾਂ ਦਾ ਜਾਨੀ ਨੁਕਸਾਨ ਨਾ ਹੋ ਜੇ ਜੀ। ਜਿੰਨਾ ਪੰਜਾਬ ਦਾ, ਹਰਿਆਣੇ ਦਾ ਜਾਂ ਆਪਾਂ ਕਹਿ ਦਈਏ ਪੈਸਾ ਹੈ, ਉਸ ਪੈਸੇ ਦਾ ਜਿਹੜਾ ਵੱਡਾ ਹਿੱਸਾ ਸਿਕਿਉਰਿਟੀ ਤੇ ਲੱਗਦਾ ਹੈ ਜੀ, ਸਿਕਿਉਰਿਟੀ ਦਾ ਵੱਡਾ ਹਿੱਸਾ ਚੰਡੀਗੜ੍ਹ ਚ ਹੀ ਲੱਗਦਾ ਹੈ ਕਿ ਵੱਡੇ ਬੰਦਿਆਂ ਦੀ ਪ੍ਰੋਟੈਕਸ਼ਨ ਕਰਨੀ ਹੈ, ਉਹਨਾਂ ਦੀ ਰਾਖੀ ਕਰਨੀ ਹੈ, ਦਹਿਸ਼ਤਗਰਦਾਂ ਤੋਂ, ਗੈਂਗਸਟਰਾਂ ਤੋਂ ਉਹਨਾਂ ਦੀ ਰਾਖੀ ਕਰਨੀ ਜੀ, ਜ਼ਰੂਰੀ ਕਰੀ ਜਾਓ ਜੀ, ਉਹਨਾਂ ਨੂੰ ਫੜ ਲਓ, ਮਾਰ ਦਿਓ, ਸ਼ਾਇਦ ਕਿਸੇ ਨੂੰ ਕੋਈ ਇਤਰਾਜ਼ ਨਾ ਹੋਵੇ। ਆ ਗੈਂਗਸਟਰ ਮਰੀ ਜਾਂਦੇ, ਕਿਸੇ ਨੂੰ ਕੋਈ ਇਤਰਾਜ਼ ਨਹੀਂ, ਲੇਕਿਨ ਜੋ ਕੁਛ ਕੱਲ ਹੋਇਆ ਕੱਲ ਵਾਲੀ ਗੱਲ ਨੇ ਤਾਂ ਮੈਨੂੰ ਇੰਨਾ ਤੋੜ ਕੇ ਰੱਖਤਾ ਕਿ ਬਲਾਈਂਡ ਲੋਕ ਜਿਨ੍ਹਾਂ ਨੂੰ ਅਸੀਂ ਨੇਤਰਹੀਨ ਕਹਿ ਸਕਦੇ ਹਾਂ, ਜਿਨ੍ਹਾਂ ਨੂੰ ਦਿਖਦਾ ਨੀ, ਉਹਨਾਂ ਤੋਂ ਕਿਸੇ ਲੀਡਰ ਨੂੰ ਖਤਰਾ ਹੋ ਸਕਦਾ, ਉਹ ਕਿਸੇ ਲੀਡਰ ਨੂੰ ਮਾਰ ਸਕਦੇ, ਜਿਨ੍ਹਾਂ ਬੰਦਿਆਂ ਤੋਂ ਆਪਣਾ ਆਪ ਨੀ ਸੰਭਾਲ ਹੁੰਦਾ। ਤੁਹਾਨੂੰ ਇਸ ਗੱਲ ਦਾ ਪਤਾ ਹੈ ਕਿ ਸਾਡੇ ਦੇਸ਼ ਦੇ ਵਿੱਚ ਇਹ ਪ੍ਰਬੰਧ ਕੀਤਾ ਹੋਇਆ ਕਿ ਜਿਹੜੇ ਅੰਗਹੀਣ ਹੈ ਤੇ ਅੰਗਹੀਣਾਂ ਦੀ ਜਿਹੜੀ ਸਭ ਤੋਂ ਆਪਾਂ ਕਹਿੰਦੇ ਪ੍ਰਭਾਵਿਤ ਸ਼੍ਰੇਣੀ ਹੈ, ਉਹਨਾਂ ਦੇ ਵਿੱਚ ਨੇਤਰਹੀਣ ਹੈ, ਉਹਨਾਂ ਵਾਸਤੇ ਰੱਖਿਆ ਹੋਇਆ ਕੋਟਾ ਰੱਖਿਆ ਹੋਇਆ ਕਿ ਇਹਨਾਂ ਨੂੰ ਨੌਕਰੀਆਂ ਦਿਓ। ਬਹੁਤ ਸਾਰੀਆਂ ਨੌਕਰੀਆਂ ਜਿਹੜੀਆਂ ਹੈਗੀਆਂ ਅਸਾਮੀਆਂ ਖਾਲੀ ਪਈਆਂ, ਬੈਕਲੌਗ ਪਿਆ ਉਹਨਾਂ ਦਾ। ਉਹਨਾਂ ਨੇ ਇੱਕ ਫੈਡਰੇਸ਼ਨ ਬਣਾਈ ਹੋਈ ਹੈ ਕੌਮੀ ਪੱਧਰ ਦੇ ਉੱਤੇ ਕਿ ਇਹ ਜਿਹੜੇ ਭਾਈ ਆਪਦੇ ਹੱਕਾਂ ਹਕੂਕਾਂ ਵਾਸਤੇ ਆਪਾਂ ਮਾੜਾ ਮੋਟਾ ਸਰਕਾਰਾਂ ਦੇ ਕੋਲੇ ਚਾਰਾਜੋਈ ਕਰੀਏ ਜੀ, ਤੇ ਉਸ ਚਾਰਾਜੋਈ ਦੀ ਵਜ੍ਹਾ ਕਾਰਨ ਉਹਨਾਂ ਨੂੰ ਜਿਹੜੀ ਹੈਗੀ ਹੈ ਨੁਮਾਇੰਦਗੀ ਮਿਲੇ, ਉਹਨਾਂ ਨੂੰ ਤਰੱਕੀਆਂ ਵੀ ਮਿਲਣ, ਉਹਨਾਂ ਨੂੰ ਨੌਕਰੀਆਂ ਤੇ ਵੀ ਲਾਇਆ ਜਾਵੇ, ਉਹ ਵੀ ਦੂਜਿਆਂ ਬੰਦਿਆਂ ਵਾਂਗ, ਭਾਵੇਂ ਠੀਕ ਹੈ ਕੁਦਰਤ ਦੇ ਪੱਖੋਂ ਵਿਚਾਰੇ ਉਹ ਨੇਤਰਹੀਣ ਹੈ, ਲੇਕਿਨ ਉਹ ਆਪਣੀ ਇੱਜ਼ਤ ਵਾਲੀ ਜ਼ਿੰਦਗੀ ਜਿਉ ਸਕਣ ਜੀ ਜੀ। ਇਸ ਵਾਸਤੇ ਉਹ ਜਦੋਜਹਿਦ ਕਰਦੇ ਆ ਰਹੇ ਹੈ, ਕੋਈ ਵੀ ਹਕੂਮਤ ਹੋਵੇ। ਬਹੁਤ ਪਹਿਲਾਂ ਮੇਰੇ ਧਿਆਨ ਦੇ ਵਿੱਚ ਆਇਆ ਜਦੋਂ ਸਰਦਾਰ ਬੇਅੰਤ ਸਿੰਘ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਸੀ ਜੀ, ਉਦੋਂ ਨੇਤਰਹੀਣਾਂ ਨੇ ਕੋਈ ਪ੍ਰੋਟੈਸਟ ਕੀਤਾ ਸੀ ਤੇ ਉਸ ਪ੍ਰੋਟੈਸਟ ਨੂੰ ਕਹਿੰਦੇ ਫੜ ਕੇ ਸਿੱਟੋ ਇਹਨਾਂ ਨੂੰ ਅੰਦਰ, ਬੇਅੰਤ ਸਿੰਘ ਦੀ ਹਕੂਮਤ ਵੇਲੇ ਉਹਨਾਂ ਨੂੰ ਫੜ ਕੇ ਤੇ ਜੇਲ੍ਹਾਂ ਚ ਸਿੱਟਤਾ ਜੀ। ਜੇਲ੍ਹਾਂ ਚ ਸਿੱਟਤਾ, ਕਿਸੇ ਨੇ ਪੁੱਛ ਲਿਆ ਵੀ ਜੀ ਇਹ ਤੁਸੀਂ ਕੀ ਕੀਤਾ, ਨੇਤਰਹੀਣਾਂ ਤੇ ਹੱਥ ਉਠਾਇਆ, ਤੇ ਬੇਅੰਤ ਸਿੰਘ ਕਹਿੰਦਾ ਇਹਨੇ ਕੀ ਕਰਨਗੇ। ਤੇ ਫਿਰ ਜਦੋਂ ਖਬਰਾਂ ਛਪੀਆਂ, ਪ੍ਰਕਾਸ਼ ਹੋਈਆਂ, ਬੀਬੀਸੀ ਤੱਕ ਪ੍ਰਸਾਰਣ ਹੋਏ, ਤੇ ਤੋਏ ਤੋਏ ਬੇਅੰਤ ਸਿੰਘ ਦੀ ਸਾਰੇ ਪਾਸੇ ਹੋਣ ਲੱਗ ਗਈ, ਲੋਕ ਇਹ ਪੁੱਛਣ ਲੱਗ ਗਏ ਵੀ ਜਿਹੇ ਜੇ ਉਹ ਉਹਨਾਂ ਦੀ ਸ਼੍ਰੇਣੀ ਦੇ ਨੇੜੇ ਤੇੜੇ ਹੈ ਤੂੰ ਵੀ, ਫਿਰ ਹੋਊਗਾ ਕੀ? ਤੇ ਫਿਰ ਉਹਨੂੰ ਅਕਲ ਆਈ, ਬੇਅੰਤ ਸਿੰਘ ਦੇ ਨੇ ਫਿਰ ਇੱਕ ਡੈਪੂਟੇਸ਼ਨ ਭੇਜਿਆ ਕਿ ਮਨਾਓ, ਉਹਨਾਂ ਨਾਲ ਗੱਲ ਕਰਾਓ। ਉਸ ਵੇਲੇ ਦੋ ਵਿਧਾਇਕ ਬੀਬੀਆਂ ਸੀ,
ਇੱਕ ਬਿਮਲਾ ਡਾਂਗ ਵਿਧਾਇਕ ਸੀ ਤੇ ਇੱਕ ਲਕਸ਼ਮੀ ਕਾਂਤਾ ਚਾਵਲਾ ਸੀ, ਦੋਨੇ ਅਡੋਡੀ ਪਾਰਟੀਆਂ ਦੀ, ਇੱਕ ਸੀਪੀਆਈ ਦੀ ਇੱਕ ਭਾਰਤੀ ਜਨਤਾ ਪਾਰਟੀ ਦੀ। ਉਹਨਾਂ ਨੇ ਜਾ ਕੇ ਉਹਨਾਂ ਜਦੋਂ ਨੇਤਰਹੀਨ ਭਾਈਆਂ ਨਾਲ ਗੱਲ ਕੀਤੀ ਜੇਲ੍ਹ ਚ ਕਿ ਤੁਹਾਡੇ ਵਾਸਤੇ ਭਾਈ ਮਤਲਬ ਸੁਨੇਹਾ ਆਇਆ, ਉਹ ਕਹਿੰਦੇ ਜੀ ਤੁਹਾਨੂੰ ਵਿਸ਼ਵਾਸ ਆ ਸਾਨੂੰ ਨੀ ਇਹ ਕਿਹਾ, ਕਹਿੰਦੇ ਵਿਸ਼ਵਾਸ ਤਾਂ ਸਾਨੂੰ ਵੀ ਹੈ ਨੀ ਪਰ ਜੇ ਤੁਹਾਡੀ ਮਤਲਬ ਕਿਉਂਕਿ ਤੁਸੀਂ ਸਮਾਜ ਦਾ ਇੱਕ ਬਹੁਤ ਹੀ ਦੱਬਿਆ ਕੁਚਲਿਆ ਤਬਕਾ, ਸਾਨੂੰ ਤੁਹਾਡੇ ਨਾਲ ਹਮਦਰਦੀ ਹੈ, ਜੇ ਤੁਸੀਂ ਇਜਾਜ਼ਤ ਦਿਓ ਅਸੀਂ ਤੁਹਾਡਾ ਕੋਈ ਨਾ ਕੋਈ ਲੈਣ ਦੇਣ ਕੰਪਰੋਮਾਈਜ਼ ਕਰਵਾ ਦਈਏ, ਤੁਹਾਡੀਆਂ ਮੰਗਾਂ ਮਨਵਾ ਦਈਏ, ਤੇ ਜੇ ਭਾਈ ਉਹਨੇ ਉਹ ਨਾ ਸਿਰੇ ਤੇ ਉਤਰਿਆ ਤੇ ਅਸੀਂ ਵੀ ਤੁਹਾਡੇ ਨਾਲ ਜੇਲ੍ਹ ਚ ਬਹਿ ਜਾਂਗੇ, ਅਸੀਂ ਵੀ ਪ੍ਰੋਟੈਸਟ ਕਰਾਂਗੇ। ਉਹ ਹੋਇਆ ਤਾਂ ਉਹ ਤੋਂ ਬਾਅਦ ਕਿਸੇ ਨੇ ਉਹਨਾਂ ਨੂੰ ਛੇੜਿਆ ਨਹੀਂ ਸੀ। ਹੁਣ ਆਪਣੀਆਂ ਮੰਗਾਂ ਦੇ ਹੱਕ ਦੇ ਵਿੱਚ ਜਿਹੜੀ ਪੰਜਾਬ ਦੀ ਨੇਤਰਹੀਣਾਂ ਦੀ ਜਿਹੜੀ ਪੰਜਾਬ ਇਕਾਈ ਹੈ ਨੈਸ਼ਨਲ ਫੈਡਰੇਸ਼ਨ ਦੀ, ਉਹਨੇ ਇੱਕ ਤਾਂ ਐਤਵਾਰ ਕੱਲ ਪਰਸੋਂ ਸੀ, ਇਹ ਤੋਂ ਪਹਿਲੇ ਐਤਵਾਰ ਉੱਥੇ ਪ੍ਰੋਟੈਸਟ ਕੀਤਾ ਸੀਗਾ ਚੰਡੀਗੜ੍ਹ ਪਟਿਆਲੇ ਜਦੋਂ ਪ੍ਰੋਟੈਸਟ ਕਰ ਰਹੇ ਸੀ, ਉਹ ਮੁਜ਼ਾਹਰਾ ਕਰ ਰਹੇ ਸੀ ਤੇ ਉਹਨਾਂ ਨੂੰ ਪ੍ਰਸ਼ਾਸਨ ਨੇ ਪਟਿਆਲੇ ਦੇ ਨੇ ਰੋਕ ਲਿਆ। ਕੀ ਚਾਹੁੰਦੇ ਹੋ ਭਾਈ? ਉਹ ਕਹਿੰਦੇ ਜੀ ਅਸੀਂ ਮੁੱਖ ਮੰਤਰੀ ਨੂੰ ਜਾ ਕੇ ਆਪਣਾ ਦੁੱਖ ਸੁੱਖ ਦੱਸਣਾ ਚਾਹੁੰਦੇ ਜੀ, ਪਟਿਆਲੇ ਦੇ ਪ੍ਰਸ਼ਾਸਨ ਨੂੰ ਮੈਂ ਸ਼ਾਬਾਸ਼ ਦਿੰਦਾ, ਜਿਨ੍ਹਾਂ ਨੇ ਕਿਹਾ ਵੀ ਕੋਈ ਗੱਲ ਨੀ ਕਾਕਾ ਜੀ ਅਸੀਂ ਤੁਹਾਡੀ ਗੱਲ ਕਰਦੇ ਜੀ। ਉਹਨਾਂ ਨੇ ਪਟਿਆਲੇ ਦੇ ਪ੍ਰਸ਼ਾਸਨ ਨੇ ਮੁੱਖ ਮੰਤਰੀ ਦੇ ਦਫ਼ਤਰ ਦੇ ਨਾਲ ਤਾਲਮੇਲ ਕੀਤਾ ਜੀ। ਮੁੱਖ ਮੰਤਰੀ ਦੇ ਕੋਈ ਰਕੇਸ਼ ਕੁਮਾਰ ਹੈ, ਓ ਐਸ ਡੀ ਪੀਸੀਐਸ ਆਫਿਸਰ ਹੈ ਜੀ, ਉਹਦੇ ਨਾਲ ਗੱਲਬਾਤ ਕੀਤੀ, ਉਹਨੇ ਮੁੱਖ ਮੰਤਰੀ ਦੇ ਨਾਲ ਗੱਲ ਕੀਤੀ ਜਾਂ ਨਹੀਂ ਕੀਤੀ? ਮੁੱਖ ਮੰਤਰੀ ਦਫ਼ਤਰ ਦੇ ਵਿੱਚ ਉਹਨਾਂ ਨੂੰ ਇਹ ਟਾਈਮ ਦਿੱਤਾ ਕਿ ਅੱਜ ਦਾ ਬੀਤਿਆ ਕੱਲ ਹੈ, ਕੱਲ ਦਾ ਟਾਈਮ ਦਿੱਤਾ, ਚਿੱਠੀ ਦਿੱਤੀ ਬਕਾਇਦਾ ਕਿ ਜੀ ਮੁੱਖ ਮੰਤਰੀ ਸਾਹਿਬ ਨਾਲ ਟਾਈਮ ਤੈਅ ਹੋ ਗਿਆ, ਤੁਹਾਡੀ ਅਸੀਂ ਉੱਥੇ ਮੀਟਿੰਗ ਕਰਵਾ ਦਾਂਗੇ। ਕੱਲ ਉਹਨਾਂ ਦਾ ਜੀ ਇੱਕ ਵਫਦ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਵਾਸਤੇ ਆਉਂਦਾ ਜੀ, ਵਫਦ ਪਟਿਆਲੇ ਚੱਲਿਆ, ਇੱਕ ਬੰਦਾ ਉਹਨਾਂ ਦਾ ਜਿਹੜਾ ਸੀ ਉਹ ਐਡਵਾਂਸ ਭੇਜਤਾ, ਉਹਦਾ ਨਾਂ ਬਲਵਿੰਦਰ ਸਿੰਘ ਚਾਹਰ ਹੈ ਜੀ, ਅੱਖਾਂ ਤੋਂ ਵਿਚਾਰੇ ਨੂੰ ਦਿਖਦਾ ਜੀ। ਬਲਵਿੰਦਰ ਸਿੰਘ ਚਾਹਰ ਨੂੰ ਕਹਿ ਭੇਜਤਾ ਕਿ ਤੂੰ ਜਾ ਕੇ ਆਪਣਾ ਬਣਵਾਲਾ ਪਾਸ ਵਗੈਰਾ, ਆਪਾਂ ਨੂੰ ਤਕਲੀਫ਼ ਨਾ ਹੋਵੇ, ਸਾਰੇ ਉੱਥੇ ਖੜੇ ਰਹਾਂਗੇ। ਤੇ ਜਦੋਂ ਬਲਵਿੰਦਰ ਸਿੰਘ ਉੱਥੇ ਗਿਆ ਪਾਸ ਬਣਵਾਉਣ ਵਾਸਤੇ, ਤੇ ਉੱਥੇ ਪੰਜਾਬ ਦੀ ਇੰਟੈਲੀਜੈਂਸ ਸਾਰੇ ਖੜੇ ਜੀ, ਤੂੰ ਇੱਥੇ ਕਿਵੇਂ ਆਇਆ? ਕਹਿੰਦਾ ਮੈਂ ਪਾਸ ਬਣਾਉਣਾ ਹੈ, ਸਾਡੀ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੈ। ਅੱਛਾ ਮੀਟਿੰਗ, ਤੈਨੂੰ ਤਾਂ ਕਹਿੰਦਾ ਪਾਲਦੇ ਫਿਰਦੇ ਸੀ, ਤੁਸੀਂ ਤਾਂ ਵੱਡੀ ਗੜਬੜ ਕਰਨ ਵਾਲੇ ਹੋ। ਨਾਲ ਦੀ ਨਾਲ ਹੀ ਜੀ ਚੰਡੀਗੜ੍ਹ ਪੁਲਿਸ ਸੀ, ਚੰਡੀਗੜ੍ਹ ਪੁਲਿਸ ਨੇ ਉਹਨੂੰ ਚੱਕਿਆ ਜੀ, ਚੱਕ ਕੇ ਲਿਜਾ ਕੇ ਸੈਕਟਰ 3 ਦੇ ਥਾਣੇ ਚ ਉਹਨੂੰ ਬੰਦੇ ਨੂੰ ਬੰਦ ਕਰਤਾ ਜੀ, ਚਲੋ ਬੰਦ ਨੀ ਕਰਤਾ, ਭਾਵੇਂ ਕੁਰਸੀ ਤੇ ਬਹਾਦਾ ਜਾਂ ਟੇਬਲ ਤੇ ਬਹਾਦਾ, ਉਹਨੂੰ ਬਾਊਂਡ ਕਰ ਲਿਆ। ਉਥੋਂ ਟੈਲੀਫੋਨ ਕੌਣ ਕੌਣ ਉਹਨਾਂ ਦਾ ਜਿਹੜਾ ਹੈਗਾ ਲੀਡਰ ਮਿਸਟਰ ਚਾਹਲ, ਗੁਰਪ੍ਰੀਤ ਸਿੰਘ ਚਾਹਲ, ਉਹ ਗੁਰਪ੍ਰੀਤ ਸਿੰਘ ਚਾਹਲ ਆਪਣੇ ਬੰਦੇ ਨੂੰ ਨਾਲ, ਉਹਨੂੰ ਕਹਿੰਦੇ ਵੀ ਤੁਸੀਂ ਕਿੱਥੇ ਹੋ? ਕਹਿੰਦੇ ਜੀ ਅਸੀਂ ਤਾਂ ਚੰਡੀਗੜ੍ਹ ਨੂੰ ਆ ਰਹੇ ਹਾਂ। ਕੀ ਗੱਲ? ਕਹਿੰਦੇ ਵੀ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਵਾਸਤੇ ਆਉਣਾ। ਕਹਿੰਦੇ ਬਲਵਿੰਦਰ ਸਿੰਘ ਤੁਹਾਡੇ ਨਾਲ ਹੈ? ਉਹਨੇ ਉਹ ਵੀ ਕਹਿਤਾ, ਕਹਿੰਦਾ ਹਾਂ ਸਾਡੇ ਨਾਲ ਹੀ, ਡੈਪੂਟੇਸ਼ਨ ਦਾ ਹਿੱਸਾ ਹੀ ਹੈ ਭਾਵ, ਇਹ ਨੀ ਵੀ ਉਹ ਪੈਣਾ। ਉਥੋਂ ਕਹਿੰਦੇ ਬਲਵਿੰਦਰ ਸਿੰਘ ਤਾਂ ਭਾਈ ਹੈ ਨੀ। ਗੁਰਪ੍ਰੀਤ ਸਿੰਘ ਚਾਹਲ ਨੇ ਬਲਵਿੰਦਰ ਨਾਲ ਟੈਲੀਫੋਨ ਤੇ ਗੱਲ ਕੀਤੀ, ਕਿੱਥੇ ਆ? ਉਹ ਕਹਿੰਦਾ ਮੈਂ ਤਾਂ ਥਾਣੇ ਚ, ਤੈਨੂੰ ਥਾਣੇ ਚ ਕਿਵੇਂ? ਕਹਿੰਦਾ ਲੈ ਆਏ। ਉਹ ਕਹਿੰਦਾ ਮੇਰੀ ਥਾਣੇਦਾਰ ਨਾਲ ਗੱਲ ਕਰਾ। ਥਾਣੇਦਾਰ ਕਹਿੰਦੇ ਜੀ ਕੋਈ ਨੀ ਕੋਈ ਨੀ ਕੋਈ ਛੱਡ ਦਿਆਂਗੇ। ਬਲਵਿੰਦਰ ਪੈ ਗਿਆ ਲੀਲੀ ਕਰਕੇ, ਕਹਿੰਦਾ ਤੁਹਾਡੀ ਜ਼ਰੂਰਤ ਕਿਵੇਂ ਹੋਗੀ? ਤੁਸੀਂ ਫੜਿਆ ਕਿਵੇਂ? ਸਾਨੂੰ ਮੁੱਖ ਮੰਤਰੀ ਦੀ ਚਿੱਠੀ ਰਾਹੀ ਅਸੀਂ ਆਏ ਹਾਂ, ਮੁੱਖ ਮੰਤਰੀ ਦੀ ਚਿੱਠੀ ਤੇ ਆਉਣ ਤੇ ਤੁਸੀਂ ਸਾਨੂੰ ਫੜ ਲਿਆ, ਲਾਲਾ ਹੋ ਗਈ ਜੀ। ਗੁਰਪ੍ਰੀਤ ਚਾਹਲ ਨੇ ਪਟਿਆਲਾ ਦੇ ਪ੍ਰਸ਼ਾਸਨ ਨਾਲ ਤਾਲਮੇਲ ਕੀਤਾ ਜੀ। ਪਟਿਆਲਾ ਦੇ ਵਿੱਚ ਐਸ ਪੀ ਸਿਟੀ ਹੈ ਮਿਸਟਰ ਕੇਸਰ ਸਿੰਘ, ਕੇਸਰ ਸਿੰਘ ਹੋਰ ਤੁਹਾਨੂੰ ਟਾਈਮ ਦਵਾਉਣ ਸੀ। ਫਿਰ ਕੇਸਰ ਸਿੰਘ ਨੇ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਗੱਲ ਕੀਤੀ ਐਸ ਪੀ ਸਿਟੀ ਨੇ, ਕੇਸਰ ਸਿੰਘ ਨੇ ਗੱਲ ਐਸ ਐਚ ਓ ਨਾਲ ਕੀਤੀ ਕਿ ਭਲਿਆ ਮਾਨ ਸਾਹਿਬ ਹਾ ਕੀ ਕਰਤਾ? ਚੰਗਾ ਜੀ, ਕਹਿੰਦਾ ਅਸੀਂ ਛੱਡ ਦਈਏ, ਲੈ ਜਾਓ ਜੀ ਉਹਨੂੰ ਛੱਡਿਆ। ਹੁਣ ਸਾਡਾ ਕੀ ਕਰੋਗੇ ਤੁਸੀਂ ਉਸ ਸ਼ਾਸਨ ਦਾ, ਕੀ ਕਰੋਗੇ ਉਸ ਪ੍ਰਸ਼ਾਸਨ ਦਾ, ਕੀ ਕਰੋਗੇ ਉਸ ਸਿਕਿਉਰਿਟੀ ਦਾ ਜਿਹੜੀ ਵਿਚਾਰੇ ਗਰੀਬਾਂ ਨੂੰ, ਅੰਨਿਆਂ ਨੂੰ ਵੀ ਨੀ ਬਖਸ਼ ਰਹੀ? ਉਹਨਾਂ ਨੇ ਜਦੋਂ ਗੱਲ ਕੀਤੀ ਵੀ ਸਾਨੂੰ ਮੁੱਖ ਮੰਤਰੀ ਸਾਹਿਬ ਨੇ ਬੁਲਾਇਆ ਸੀ, ਕਹਿੰਦੇ ਜੀ
ਮੁੱਖ ਮੰਤਰੀ ਸਾਹਿਬ ਦਾ ਅੱਖਾਂ ਦਾ ਆਪਰੇਸ਼ਨ ਕਰਾਇਆ ਹੈ, ਮੈਨੂੰ ਬੜੀ ਅੱਜ ਗੱਲ ਨੇ ਨਾ ਇੰਨਾ ਮਤਲਬ ਜਿਹੜਾ ਹੈਗਾ ਮੇਰਾ ਅੰਦਰ ਧੂੜਿਆ। ਉਹਨਾਂ ਦੇ ਵਿੱਚ ਜੇ ਫਿਰ ਉਹਨੇ ਗੱਲ ਕਹੀ ਇੱਕ ਬੰਦੇ ਦੇ ਡੈਪੂਟੇਸ਼ਨ ਦੇ ਵਿੱਚੋਂ, ਕਹਿੰਦੇ ਮੁੱਖ ਮੰਤਰੀ ਸਾਹਿਬ ਨੇ ਅੱਖਾਂ ਦਾ ਆਪਰੇਸ਼ਨ ਕਰਾਇਆ, ਇੱਕ ਆਰਜੀ ਪੱਟੀ ਹੈ ਸਾਡੇ ਤਾਂ ਜ਼ਿੰਦਗੀ ਭਰ ਦੀ ਪੱਟੀ ਜਿਹੜੀ ਹੈਗੀ ਆ, ਇਹ ਸ਼ਾਇਦ ਇੱਕ ਦੋ ਦਿਨਾਂ ਚ ਲੈ ਜੂਗੀ ਤੇ ਸਾਡੀ ਤਾਂ ਕਦੇ ਪੱਟੀ ਲੈਣੀ ਨੀ, ਸਾਥੋਂ ਵੀ ਖਤਰਾ। ਮੈਨੂੰ ਲੱਗਦੀ ਹੈ ਜਿਵੇਂ ਆਪਣੇ ਸਾਰੇ ਬੰਦੇ ਕਰਦੇ ਆ ਵੀ ਜਿਹੜੀਆਂ ਹਕੂਮਤਾਂ ਨੂੰ ਜਿਹੜੇ ਸਿਸਟਮ ਨੂੰ ਅੰਨੇ ਭਾਈਚਾਰੇ ਤੋਂ ਵੀ ਖਤਰਾ ਹੈ, ਉਹ ਚਾਹੇ ਅੱਜ ਆ ਤੇ ਚਾਹੇ ਕੱਲ੍ਹ, ਉਹ ਬਚਦਾ ਨੀ। ਹੁਣ ਉਹ ਬਚਦਾ ਨੀ, ਹੁਣ ਉਹ ਸਿਸਟਮ ਅੰਦਰੋਂ ਇੰਨਾ ਕੰਬ ਗਿਆ, ਉਹ ਸਿਸਟਮ ਅੰਦਰੋਂ ਇੰਨਾ ਟੁੱਟਿਆ ਪਿਆ ਕਿ ਉਹਨਾਂ ਨੂੰ ਹਰ ਬੰਦਾ ਹੀ ਆਪਦਾ ਦੁਸ਼ਮਣ ਦਿਖਦਾ ਹੈ ਜਿਹੜਾ ਬੰਦਾ ਆਪਦੀ ਦਾਤ ਫਲਿਆਦ ਲੈ ਕੇ ਜਾ ਰਿਹਾ। ਮੁੱਖ ਮੰਤਰੀ ਦਵਾਸ ਨਿਵਾਸ ਦੇ ਉੱਤੇ ਨੇਤਰਹੀਨ ਬੁਲਾਏ ਹੋਏ ਮੀਟਿੰਗ ਤੈਅ ਕੀਤੀ ਹੋਈ ਹੈ, ਉੱਥੇ ਜਾਂਦੇ ਹੈ ਔਰ ਉਹਨਾਂ ਨੂੰ ਫੜ ਕੇ, ਉਹਨਾਂ ਦੇ ਜਿਹੜੇ ਇੱਕ ਬੰਦੇ ਨੂੰ ਜਿਹੜਾ ਐਡਵਾਂਸ ਪਾਰਟੀ ਚ ਗਿਆ ਵੀ ਮੈਂ ਜਾ ਕੇ ਪਾਸ ਬਣਾਉਣਾ, ਉਹਨੂੰ ਫੜ ਕੇ ਚੰਡੀਗੜ੍ਹ ਦੀ ਪੁਲਿਸ ਦੇ ਥਾਣੇ ਚ ਬੰਦ ਕਰਤਾ। ਪੰਜਾਬ ਦੀ ਇੰਟੈਲੀਜੈਂਸ ਨੇ ਵੀ ਦੇਖਿਆ ਨੀ ਇਸ ਗੱਲ ਦਾ, ਉਹਨਾਂ ਨੂੰ ਇਸ ਗੱਲ ਦਾ ਪਤਾ ਨੀ ਕਿ ਇਹਨਾਂ ਨੂੰ ਮੁੱਖ ਮੰਤਰੀ ਨੇ ਬੁਲਾਇਆ। ਦੱਸੋ ਤੁਸੀਂ ਉਹਨਾਂ ਦੀ ਕੋਈ ਇਨਫੋਰਮੇਸ਼ਨ ਦੇਣ ਤੋਂ ਬਜਾਏ ਪਹਿਲਾਂ ਪਤਾ ਤਾਂ ਕਰ ਲਓ ਜੀ।